गैंगवार गैंगस्टर कुलबीर नरवाना के दो साथियों की गोली मारकर हत्या बम्बीहा ग्रुप ने ली कलत की जिम्मेवारी सुखा धुन्नी ने पोस्ट में कहा किसी और को कुलबीर नरवाना बनने का शौक हो तो बता देना बठिंडा गैंगस्टर कुलबीर नरवाना के दो साथियों की गांव लहराखाना में गोलियां मारकर हत्या कर दी गई दोनों युवक विक्की बेगा मनप्रीत छल्ला एक भोग समारोह में शामिल होने आए थे घटना की सूचना मिलते ही एसएसपी अजय मलूजा खुद घटनास्थल पर पहुंचे ਮੀਡੀਆ ਕੋ ਜਾਣਕਾਰੀ ਦੇਤੇ ਹੋਏ ਐਸਐਸਪੀ ਨੇ ਦੱਸਿਆ ਕਿ ਦੋਨੋਂ ਯੁਵਕਾਂ ਉਪਰ 30 ਬੋਰ ਦੇ ਛੋਟੇ ਹਥਿਆਰ ਸੇ ਕਰੀਬ 10 ਰਾਉਂਡ ਫਾਇਰ ਕੀਏ ਗਏ ਸਨ ਸਰ ਕੀ ਕਤਨਾ ਵਾਪਰੀਓ ਜੀ ਕੀ ਹੋਇਆਗਾ ਇਹ ਅੱਜ ਪਿੰਡ ਲਹਿਰਾਖਣਾ ਜਿਹੜਾ ਕਿ ਚੌਕੀ ਪੁੱਚੋ ਦੇ ਵਿੱਚ ਪੈਂਦਾ ਹੈ ਇੱਥੇ ਕੋਈ ਬੰਦੇ ਤਿੰਨ ਜਾਂ ਚਾਰ ਬੰਦੇ ਹੈ ਇਹ ਬਲੈਕ ਸਕੋਡਾ ਦੇ ਵਿੱਚ ਆਇਆ ਹੈ ਜਿੰਨਾਂ ਕੋ ਉੰਦਾ ਨੰਬਰ ਪੜਿਆ ਗਿਆ ਉਹ ਨੰਬਰ ਹੈ HR52 ਇਹ ਅੱਜ ਗੁਰਦੁਆਰੇ ਦੇ ਵਿੱਚ ਇੱਕ ਭੋਗ ਸੀ ਇਹ ਮਨਪ੍ਰੀਤ ਸਿੰਘ ਛੱਲਾ ਹੈ ਯੋਗੀ ਲੈਰਾ ਖੜਾ ਨਹੀਂ ਰਹਿਣ ਵਾਲਾ ਐਸ ਦੀ ਤਾਈ ਦਾ ਅੱਜ ਭੋਗ ਸੀ ਉਹ ਭੋਗ ਦੇ ਸਬੰਧ ਦੇ ਵਿੱਚ ਉੱਥੇ ਸਾਰੇ ਇਕੱਠੇ ਹੋਏ ਸੀ ਇੰਨੇ ਚ ਇੱਕ ਸਕੋਡਾ ਗੱਡੀ ਜਿਹੜੀ ਬਾਹਰ ਖੜੀ ਸੀ ਤੇ ਜਦੋਂ ਇਹ ਲੜਕੇ ਬਾਹਰ ਨਿਕਲੇ ਮਨਪ੍ਰੀਤ ਸਿੰਘ ਛੱਲਾ ਦੂਜੇ ਬੰਦੇ ਦਾ ਵੀ ਨਾਮ ਹੀ ਮਨਪ੍ਰੀਤ ਹੈ ਜਦੋਂ ਇਹ ਗੁਰਦੁਆਰੇ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਅੰਨੇਵਾ ਫਾਇਰਿੰਗ ਕਰਤੀ ਤੇ ਉਹਨਾਂ ਕੋਲ ਸਮਾਲ ਵੈਪਨ ਹੈ ਉਹਨਾਂ ਨੇ 30 ਬੋਰ ਦਾ ਵੈਪਨ ਯੂਜ਼ ਕੀਤਾ ਹੈ ਸਮਾਲ ਵੈਪਨ ਹੈ ਤੇ ਇਹਨਾਂ ਬਾਰੇ ਅਸੀਂ ਪਹਲ ਕਰ ਰਹੇ ਹਾਂ ਤੇ ਜਲਦੀ ਇਹ ਬੰਦੇ ਟਰੈਕ ਕਰਕੇ ਉਹਨਾਂ ਨੂੰ ਗਿਫਤਾਰ ਕੀਤਾ ਜਾਵੇ ਸਰ ਮਨਪ੍ਰੀਤ ਦਾ ਵੀ ਬੈਕਗ੍ਰਾਉਂਡ ਜਿਹੜੀ ਹੈ ਕਿ ਕ੍ਰਿਮਿਨਲ ਜਾਂ ਕਿਸੇ ਤਰ੍ਹਾਂ ਦਾ ਇਹ ਜਿਹੜਾ ਪਤਾ ਲੱਗਿਆ ਹੈ ਕੁਲਵੀਰ ਨਰੂਆਣਾ ਇੱਕ ਇਹਦਾ ਜੁਲਾਈ ਦੇ ਵਿੱਚ ਮਰਡਰ ਹੋ ਗਿਆ ਸੀ ਇਹ ਉਹਦੇ ਨਾਲ ਸਬੰਧ ਰੱਖਦੇ ਆ ਬਾਕੀ ਇਸ ਬੰਦੇ ਵਿੱਚ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਵੀ ਕਿਸ ਦਾ ਕੀ ਰੋਲ ਹੈ ਤੇ ਜਲਦੀ ਇਹ ਜਿਹੜੇ ਅਕਿਊਜ਼ਡ ਹੈ ਸਾਰੇ ਟ੍ਰੇਸ ਕਰ ਲਏ ਤੇ ਜਾਣਗੇ ਸਰ ਮਾਰਨ ਵਾਲੇ ਕਿੰਨੇ ਸੀ ਹਮਲਾਵਰ ਕਿੰਨੇ ਸੀ ਇਹ ਤਿੰਨ ਜਾਂ ਚਾਰ ਬੰਦੇ ਹੋ ਸਕਦੇ ਆ ਕਿਉਂਕਿ ਜਿਹੜੇ ਪਿੰਡ ਵਾਲੇ ਦੱਸ ਰਹੇ ਆ ਇਸ ਕੌੜਾ ਗੱਡੀ 'ਚ ਦੋ ਬੰਦਿਆਂ ਨੇ ਤਾਂ ਫਾਇਰਿੰਗ ਕੀਤੀ ਹੈ ਇੱਕ ਬੰਦਾ ਗੱਡੀ ਦੇ ਵਿੱਚ ਵੀ ਸੀ ਹੋ ਸਕਦਾ ਕੁਝ ਬੰਦੇ ਹੋਰ ਵੀ ਆਸੇ-ਪਾਸੇ ਹੋਣ ਸਰ ਅਰਾਊਂਡ ਕਿੰਨੀਆਂ ਕਿ ਗੋਲੀਆਂ ਮਾਰੀਆਂ ਗਈਆਂ ਇਹ ਹੁਣ ਜਿਹੜੇ ਗੋਲੀਆਂ ਇਹ ਅਸੀਂ ਤਕਰੀਬ 10 ਦੇ ਕਰੀਬ ਖੋਲ ਬਰਾਮਦ ਕੀਤੀ ਹੈ ਬਾਕੀ ਉਹ ਮੌਕੇ ਤੇ ਜਾ ਕੇ ਸਾਰਾ ਉਹਨਾਂ ਦਾ ਮਾਇਨਾ ਹੋ ਰਿਹਾ ਉਹ ਸਾਰਾ ਚੱਕਰ ਕੇ ਦੱਸਿਆ ਜਾਏਗਾ ਡੈਥ ਕਿੰਨੇ ਆਲੀ ਹੁੰਦੇ ਇਹ ਦੋ ਬੰਦੇ ਨਹੀਂ ਡੈਥ ਥੈਂਕ ਯੂ ਸਰ ਥੈਂਕ ਯੂ ਕਪੀ ਨਿਊਜ਼ ਦੇ ਲਈ ਕੈਮਰਾਮੈਨ ਕਪਿਲ ਸ਼ਰਮਾ ਕੀ ਸਾਥ ਹਨੀਲ ਕੁਮਾਰ ਕੀ ਰਿਪੋਰਟ ਪਟੰਦ